ਆ ਬਸ ਛਿੱਤਰ ਖਾਣੀ ਆਈ ਮੈਂ ਜ਼ਿੰਦਗੀ ਚ ਸੋ ਜੀ ਸਵਾਗਤ ਹੈ ਤੁਹਾਡਾ ਮੇਰੇ ਇਸ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਸੋ ਅੱਜ ਮੈਂ ਬਹੁਤ ਵੱਡੀ ਅਪਡੇਟ ਲੈ ਕੇ ਆਇਆ ਤੁਹਾਡੇ ਲਈ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਆਓ ਵੱਧਦੇ ਅੱਜ ਦੀ ਵੱਡੀ ਖਬਰ ਵੱਲ ਜੋ ਕਿ ਹੈ ਸਨੇਹਾ ਲਾਲੀ ਤੇ ਗਗਨ ਲਾਲੀ ਦੀ ਸੋ ਤੁਹਾਨੂੰ ਪਤਾ ਹੀ ਹੋਣਾ ਗਗਨ ਲਾਲੀ ਤੇ ਸਨੇਹਾ ਲਾਲੀ ਦੀ ਕੰਟਰੋਵਰਸੀ ਚੱਲ ਰਹੀ ਹੈ ਤੇ ਇਹਨਾਂ ਵੱਲੋਂ ਕੁਝ ਕਲੀਅਰ ਨਹੀਂ ਕੀਤਾ ਗਿਆ ਕਿ ਇਹ ਅਲੱਗ ਹੋ ਚੁੱਕੇ ਹਨ ਜਾਂ ਨਹੀਂ ਤੇ ਕੱਲ ਹੀ ਸਨੇਹਾ ਲਾਲੀ ਵੱਲੋਂ ਆਪਣੇ ਵਲੌਗ ਚੈਨਲ ਤੇ ਇੱਕ ਵਲੌਗ ਪਾਇਆ ਗਿਆ ਜਿਸ ਵਿੱਚ ਉਹ ਰੋ ਰਹੇ ਸੀ ਤੇ ਉਹਨਾਂ ਨੇ ਆਪਣੇ ਪਾਪਾ ਨਾਲ ਵੀ ਮਿਲਾਇਆ ਤੇ ਆਓ ਲੈ ਕੇ ਚੱਲਦੇ ਹਾਂ ਉਸ ਵਲੌਗ ਦੇ ਵੱਲ ਤੇ ਤੁਹਾਨੂੰ ਦਿਖਾਉਂਦੇ ਹਾਂ ਵੀਡੀਓ ਦੇ ਐਂਡ ਤੱਕ ਜ਼ਰੂਰ ਬਣੇ ਰਹਿਓ ਤੇ ਸ਼ੁਰੂਆਤ ਵੀ ਇਹਦੇ ਨਾਲ ਹੀ ਕੀਤੀ ਆ ਬਸ ਛਿੱਤਰ ਖਾਣੀ ਆਈ ਮੈਂ ਜ਼ਿੰਦਗੀ ਚ ਲੱਡੂ ਆਪਾਂ ਲੈ ਲਏ ਆ ਬਹੁਤ ਬਿਊਟੀਫੁਲ ਪੈਕਿੰਗ ਹਾਂਜੀ ਤੇ ਆਪਾਂ ਵਾਪਸ ਆ ਗਏ ਸੀਗੇ ਜਲੰਧਰ ਤੇ ਹੁਣ ਮੈਂ ਵਲੌਗ ਦੇਖ ਰਹੀ ਸੀ ਪਿਛਲੇ ਵੇਲੇ ਮੈਨੂੰ ਟਾਈਮ ਨਹੀਂ ਮਿਲਿਆ ਕੱਲ੍ਹ ਦਾ ਅਤੇ ਤੁਸੀਂ ਬਹੁਤ ਵਧੀਆ ਰਿਸਪੋਂਸ ਦਿੱਤਾ ਆ ਬਹੁਤ ਵਧੀਆ ਵਿਊਜ਼ ਆਏ ਆ ਵਲੌਗ 'ਤੇ ਇੰਨਾ ਪਿਆਰ ਦੇ ਰਹੇ ਹੋ ਸਾਰੇ ਅਤੇ ਥੈਂਕ ਯੂ ਸੋ ਮੱਚ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਹੁਣੇ ਘਰ ਆਏ ਹਾਂ ਹਾਲੇ ਕੋਈ ਵੀ ਕਲਿੱਪ ਨਹੀਂ ਸ਼ੂਟ ਕੀਤੀ ਮੰਮਾ ਹੁਣੇ ਲੱਡੂ ਲੈ ਕੇ ਆਈ ਸੀ ਮੈਂ ਉਹਨਾਂ ਨੂੰ ਦਿੱਤੇ ਆ ਉਹਨਾਂ ਨੂੰ ਪਸੰਦ ਆਏ ਹੋਣਗੇ ਆਪਾਂ ਨੈਕਸਟ ਕਲਿੱਪ 'ਚ ਉਹਨਾਂ ਨੂੰ ਪੁੱਛਦੇ ਹਾਂ ਕਿ ਉਹਨਾਂ ਨੂੰ ਕਿੱਦਾਂ ਦਾ ਕਿੱਦਾਂ ਖਾਲੋ ਲੱਡੂ ਕਿੱਦਾਂ ਦੇ ਲੱਗੇ ਆਪਕੋ ਲੱਡੂ ਕੈਸੇ ਲਗੇ ਅੱਛੇ ਲਗੇ ਕੈਸੇ ਮਤਲਬ ਲੱਡੂ ਦੇ ਮੂੰਹ ਵਾਲੇ ਮੰਮਾ ਕਹਿੰਦੇ ਨਹੀਂ ਸਵਾਦ ਸੀ ਮੈਂ ਕਿਹਾ ਫਿਰ ਵਾਪਸ ਮੋੜ ਆਉਂਦੇ ਹਾਂ ਕਹਿੰਦੇ ਨਹੀਂ ਸਵਾਦ ਲੱਗੇ ਪੈਸੇ ਦੇ ਦਿਓ ਲੱਡੂ ਵਰਗਾ ਉਹਨੂੰ ਲੱਡੂ ਕਿੱਥੇ ਮਿਲੇ ਚਲੋ ਜੀ ਹਾਂਜੀ ਤੁਸੀਂ ਦੇਖ ਹੀ ਲਈ ਹੋਣੀ ਵੀਡੀਓ ਤੁਹਾਡਾ ਕੋਈ ਓਪੀਨੀਅਨ ਇਸ ਬਾਰੇ ਕਿ ਇਕੱਠੇ ਹੋਣਗੇ ਜਾਂ ਨਹੀਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਅਤੇ ਆਪਣੇ ਆਪਣੇ ਫੇਵਰੇਟ ਕਪਲ ਬਾਰੇ ਵੀ ਜ਼ਰੂਰ ਦੱਸਿਓ ਸੋ ਅੱਜ ਦੀ ਵੀਡੀਓ ਨੂੰ ਇੱਥੇ ਖਤਮ ਕਰਦੇ ਹਾਂ ਇੱਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਬਾਏ ਬਾਏ ਸਾਡੇ ਨਾਲ ਇੱਦਾਂ ਜੁੜੇ ਰਹਿਣ ਲਈ ਅਤੇ ਇੱਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ